वेलकम टू दिल दी गल विद पापी भाजी पवित्र पापी बिल्कुल ओरिजिनल किसी दी नहीं कापी ते आज मेरे नाल मेरा यार असी कठिया ने छोटे होंदे बंटे ब्लैक किते गुली डंडे ब्लैक किते ठीक है पर मैं पिछे रह गया देव खरोड़ बड़े भारी साढ़े सोना ब्लैक करन लग गए भाजी यार तुसी मेरा क्यों नहीं सोचा एडे वे ब्लैकी वन ब्लैकी टू बन गए थोड़ा जहा तो सोच दे मैंने भी ला लेंगे मैं तो सोचा सी तू तो गुली डंडे की ब्लैक करने तो ही डर गया एक दो बार गुली डंडे ब्लैक कर दा फड़िया गया है गोल्ड लेके आया मैं पहले भी कहा तुसी लकी आ काका जी हुण ब्लैकिया बन गए रोकिया नहीं लकी ने मतलब बारे नहीं आने ਇਹਨਾਂ ਨਾਲ ਜ਼ਿਆਦਾ ਉਲਝਣਾ ਨਹੀਂ ਚਾਹੀਦਾ ਜੋ ਕਹਿਣ ਕਹਿ ਦੋ ਕਿ ਹਾਂ ਓਕੇ ਹੁਣ ਇੰਨੀ ਗੋਰੀ ਕੁੜੀ ਹੈ ਦੇਖੋ ਇਹ ਮੇਕਅਪ ਕਰਕੇ ਬੈਠੀ ਹੈ ਜੇ ਮੈਂ ਇੰਨਾ ਗੋਰਾ ਹੁੰਦਾ ਮੈਂ ਫਿਲਮ 'ਚ ਵੀ ਮੇਕਅਪ ਨਾ ਕਰਦਾ ਇਹ ਚਾਰ ਵਾਰ ਮੈਂਸ਼ਨ ਕਰ ਚੁੱਕੇ ਇਨਕੀ ਕਿਤਨੀ ਇਨਸਿਕਿਉਰਿਟੀ ਹੈ ਕਿ ਇਹ ਗੋਰੇ ਨਹੀਂ ਹੈ ਔਰ ਇਹ ਮੈਨੂੰ ਵਾਰੀ ਵਾਰੀ ਬੋਲੀ ਜਾ ਰਹੇ ਹਨ ਨਾ ਇਹ ਗੱਲ ਹੈ ਨਾ ਮੁੰਡੇ ਸਾਹਬ ਲਈ ਹੀ ਚੰਗੇ ਲੱਗਦੇ ਇਹ ਗੱਲ ਕੀਤੀ ਹੈ ਕੀ ਪ੍ਰੋਬਲਮ ਹੈ ਮੈਂ ਲੜਕੀਆਂ ਗੋਰੀ ਅੱਛੀ ਲੱਗਦੀ ਹਾਂ ਹਾਂ ਮੈਨੇ ਕਿਹਾ ਹੈ ਗੋਰੀ ਗੋਰੀਆਂ ਵਧੀਆ ਲੱਗਦੀਆਂ ਨੇ ਤੂੰ ਗੋਰੀ ਵਧੀਆ ਲੱਗਦੀ ਹੈ ਬਹੁਤ ਮੇਰੀ ਟਾਂਗ ਖਿੱਚਦਾ ਯਾਰ ਨਹੀਂ ਫਿਲਮ 'ਚ ਵੀ ਤੁਹਾਡੇ ਨਾਲ ਇਦਾਂ ਤੰਗ ਕਰਦੇ ਰਹੇ ਤੁਹਾਨੂੰ ਮੈਂ ਵੀ ਹਾਂ ਸਾਡੀ ਦੋਸਤੀ ਹੈ ਵਧੀਆ ਇਹੀ ਤੁਸੀਂ ਉੱਥੇ ਮਜ਼ਾਕ ਕਰਦੇ ਹੋ ਜਿੱਥੇ ਹੱਕ ਸਮਝਦੇ ਹੋ ਜਿੱਥੇ ਬੰਦਾ ਸਹਿ ਲੈਂਦਾ ਟੋਲਰੇਟ ਕਰ ਲੈਂਦਾ ਬਹੁਤ ਵਧੀਆ ਗੱਲ ਪਰ ਇਹ ਰਾਈਟਰਾਂ ਨੂੰ ਤੁਹਾਡੇ ਤੋਂ ਬਹੁਤ ਪ੍ਰੋਬਲਮ ਹੋਈ ਕਿਹੜੀ ਗੱਲ ਤੋਂ ਕਹਿੰਦਾ ਯਾਰ ਦੇਵ ਆਪਣੇ ਕੰਮ ਨਾਲ ਕੰਮ ਰੱਖੇ ਨਾ ਕਿਉਂ ਫਿਲਮਾਂ ਲਿਖਣੀਆਂ ਸ਼ੁਰੂ ਕਰਦੀਆਂ ਨੇ ਨਹੀਂ ਮੈਂ ਫਿਲਮਾਂ ਤਾਂ ਨਹੀਂ ਲਿਖਦਾ ਹਾਂ ਇਹ ਜ਼ਰੂਰ ਹੈ ਕਿ ਕੰਟੈਂਟ ਮੇਰਾ ਹੁੰਦਾ ਹੈ ਕਨਸੈਪਟ ਮੈਂ ਆਪ ਕਹਾਣੀਆਂ ਲੱਭਣ ਦੀ ਕੋਸ਼ਿਸ਼ ਕਰਦਾ ਕਿੱਥੋਂ ਉਹ ਵੀ ਰੀਅਲ ਲਾਈਫ 'ਚੋਂ ਜੋ ਸਾਡੇ ਸਮਾਜ ਦੇ ਆਲੇ ਦੁਆਲੇ ਵਾਪਰ ਰਿਹਾ ਹੁੰਦਾ ਉਹਦੇ ਵਿੱਚੋਂ ਹੀ ਕਹਾਣੀਆਂ ਮੈਂ ਕੱਢਣ ਦੀ ਕੋਸ਼ਿਸ਼ ਕਰਦਾ ਬਾਕੀ ਮੈਂ ਰਾਈਟਰਾਂ ਦੇ ਕੰਮ 'ਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਦਾ ਹਾਂ ਮੇਰਾ ਇੰਨਾ ਜ਼ਰੂਰ ਹੁੰਦਾ ਕਿ ਜਿਹੜਾ ਸਿਨੇਮਾ ਉਹ ਰਿਐਲਿਟੀ ਦੇ ਨੇੜੇ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਜਿਹੜੀ ਆਡੀਅੰਸ ਆ ਉਹ ਰੀਅਲ ਚੀਜ਼ਾਂ ਦੇਖਣੀਆਂ ਪਸੰਦ ਕਰਦੀ ਹੈ ਹੁਣ ਇੰਨੀ ਵੀ ਜ਼ਿਆਦਾ ਤੁਸੀਂ ਫਿਕਸ਼ਨ ਨਾ ਪਾਓ ਕਿ ਉਹ ਮਤਲਬ ਲੱਗੇ ਕਿ ਯਾਰ ਆਹ ਕੀ ਹੋ ਰਿਹਾ ਇਹ ਹੋ ਹੀ ਨਹੀਂ ਸਕਦਾ ਕਦੇ ਸੋ ਉਹ ਚੀਜ਼ਾਂ ਤੋਂ ਇੰਸਪਾਇਰਡ ਨਾ ਹੋ ਔਰ ਦੂਜਾ ਸਾਡੇ ਕਾਫੀ ਰਾਈਟਰ ਸਾਊਥ ਦੇ ਸਿਨੇਮੇ ਤੋਂ ਇੰਸਪਾਇਰਡ ਟੂ ਚ ਤੇ ਰਾਈਟਰ ਦਾ ਨਾਮ ਤੁਹਾਡਾ ਹੀ ਆ ਰਿਹਾ ਦੇਖ ਰੋਂ ਦਾ ਨਹੀਂ ਮੇਰਾ ਸਟੋਰੀ ਮੇਰੀ ਹੈ ਰਾਈਟਰ ਹੋਰ ਜਿਹਨੇ ਮਤਲਬ ਸਕਰੀਨ ਪਲੇ ਤੇ ਡਾਇਲੋਗ ਲਿਖੇ ਨੇ ਉਹ ਰਾਈਟਰ ਹੋਰ ਭਾਜੀ ਬਲੈਕਿਆ 1 ਤੇ ਸੋਚ ਲਿਆ ਸੀ ਕਿ ਬਾਅਦ ਵਿੱਚ ਪਲਾਨ ਬਣਿਆ ਕਿ ਯਾਰ ਬਲੈਕਿਆ 2 ਬਣਾਵਾਂਗੇ ਆ ਬਲੈਕਿਆ ਦੇਖੋ ਅੱਜ ਕੱਲ੍ਹ ਇੱਕ ਇਹ ਚੱਲ ਵੀ ਰਿਹਾ ਕਿ ਫਰੈਂਚਾਈਜ਼ੀ ਤੁਸੀਂ ਅੱਗੇ ਰਨ ਕਰਦੇ ਹੋ ਹਨਾ ਕਿਉਂਕਿ ਟਾਈਟਲ ਹਿੱਟ ਹੋਇਆ ਹੁੰਦਾ ਹੈ ਤਾਂ ਪ੍ਰੋਡਿਊਸਰ ਸੋਚਦੇ ਨੇ ਕਿ ਉਹਨਾਂ ਫਿਲਮ ਬਣਾਈ ਹੈ ਬਟ ਸਾਨੂੰ ਸਟੋਰੀ ਇਦਾਂ ਦੀ ਮਿਲੀ ਅਸੀਂ ਕੋਈ ਟਾਈਟਲ ਹੋਰ ਵੀ ਸੋਚ ਰਹੇ ਸੀਗੇ ਬਟ ਸਾਨੂੰ ਲੱਗਿਆ ਕਿ ਨਹੀਂ ਇਹਦੇ ਉੱਤੇ ਜਿਹੜਾ ਬਲੈਕੀਆ ਟਾਈਟਲ ਹੈ ਉਹੀ ਟੁਕਵਾਂ ਇਹਦੇ ਉੱਤੇ ਤੁਸੀਂ ਸੌਂਗਸ ਵੀ ਕਰਦੇ ਹੋ ਉਹਦੇ ਵਿੱਚ ਆਪਾਂ ਵਿਦਆਊਟ ਡਾਇਲੋਗਸ ਐਕਟ ਕਰਦੇ ਹਾਂ ਤੇ ਜਿਹੜਾ ਫਿਲਮ ਆ ਜਾਂਦੀ ਹੈ ਉਹਦੇ ਵਿੱਚ ਵਿਦ ਡਾਇਲੋਗਸ ਐਕਟ ਕਰਦੇ ਹਾਂ ਤੁਹਾਡੇ ਲਈ ਕੀ ਚੈਲੰਜਿੰਗ ਹੈ ਆਈ ਥਿੰਕ ਕਿ ਡਾਇਲੋਗਸ ਕੇ ਸਾਥ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਈਜ਼ੀਅਰ ਹੈ ਬੈਟਰ ਹੈ ਆਪਣਾ ਜੈਸਾ ਡਾਇਲੋਗ ਆਪ ਬੋਲਤੇ ਹੋ ਫੀਲ ਕਰਤੇ ਹੋ ਐਕਸਪ੍ਰੈਸ਼ਨ ਵੈਸੇ ਆਪ ਦੇ ਸਕਦੇ ਹੋ ਅਦਰਵਾਈਜ਼ ਕੰਮ ਤੋਂ ਦੋਨੋਂ ਹੀ ਕਰ ਲੈਤੇ ਹਾਂ ਬਿਨਾਂ ਕੋਈ ਡਾਇਲੋਗ ਕੇ ਵੀ ਬਟ ਆਈ ਇੰਜੋਏ ਵਿਦ ਡਾਇਲੋਗ ਮੋਰ ਨਹੀਂ ਭਾਜੀ ਜਦੋਂ ਆਪਾਂ ਡਾਇਲੋਗਸ ਨਹੀਂ ਸਾਡੇ ਕੋਲ ਹੁੰਦੇ ਮੈਨੂੰ ਲੱਗਦਾ ਉਦੋਂ ਥੋੜਾ ਜਿਹਾ ਔਖਾ ਨੇ ਉਹਦਾ ਐਕਟ ਕਰਨਾ ਨਹੀਂ ਐਕਸਪ੍ਰੈਸ਼ਨਸ ਨਾਲ ਖੇਡਣਾ ਵੀ ਐਕਟਰ ਨੂੰ ਆਉਣਾ ਚਾਹੀਦਾ ਹੈ ਹਰ ਇੱਕ ਤਰ੍ਹਾਂ ਦਾ ਐਕਟਰ ਉਹੀ ਸੰਪੂਰਨ ਹੁੰਦਾ ਜਿਹੜਾ ਹਰ ਤਰੀਕੇ ਨਾਲ ਅਦਾਕਾਰੀ ਕਰ ਸਕੇ ਕਿਸੇ ਰਾਈਟਰ ਦੀਆਂ ਚੰਗੀਆਂ ਲਿਖੀਆਂ ਹੋਈਆਂ ਲਾਈਨਸ ਨੂੰ ਇੱਕ ਮਾੜਾ ਐਕਟਰ ਖਰਾਬ ਕਰ ਦਿੰਦਾ ਕਈ ਵਾਰ ਇੱਕ ਚੰਗਾ ਐਕਟਰ ਸਿੰਪਲ ਸਧਾਰਨ ਲਾਈਨਸ ਨੂੰ ਬਹੁਤ ਇਨਹੈਂਸ ਕਰ ਦਿੰਦਾ ਇਹ ਚੀਜ਼ ਵੀ ਐਕਟਰ ਦੇ ਉੱਤੇ ਡਿਪੈਂਡ ਕਰਦੀ ਹੈ ਅਗਰ ਇੱਕ फिल्म में फीचर फिल्म में किसी को गूंगा बनने का वो कैरेक्टर मिले तो फिर उसमें भी डायलॉग तो होगा नहीं बट यू विल हैव टू एक्सप्रेस इट्स द सेम थिंग भाई डायलॉग्स दी गल हो रही है देव भाई थोड़े दो के डायलॉग्स आए ने टीजर दे विच वो जेड़ा काले धन वाला डायलॉग्स है भाई एक बार हो जाए काले धन दे चिट्टे सिक्के वो बोली बोलदे ने जड़ी सारी दुनिया समझदी है एक भी आया एक सी का ਗਰੀਬ ਜੰਮਣਾ ਮਨਜ਼ੂਰ ਸੀ ਮਰਨਾ ਨਹੀਂ ਇਹ ਐਕਸ਼ਨ ਮੂਵੀ ਹੈ ਤੁਸੀਂ ਐਕਸ਼ਨ ਮੂਵੀ ਹੀ ਕਰਦੇ ਆ ਜ਼ਿਆਦਾਤਰ ਤੁਹਾਡਾ ਜਿਹੜਾ ਜ਼ੋਨਰ ਬਣਿਆ ਹੋਇਆ ਵਿੱਚ ਕਾਮੇਡੀ ਹੋ ਸਕਦੀ ਆ ਪਰ ਉਹਦਾ 70-60% ਤੁਸੀਂ ਐਕਸ਼ਨ ਕਰਦੇ ਆ ਤੁਹਾਨੂੰ ਪਤਾ ਐਕਸ਼ਨ ਕਦੇ ਵੀ ਜੇ ਇਮੋਸ਼ਨਸ ਨਾ ਹੋਣ ਤਾਂ ਐਕਸ਼ਨ ਬੇਕਾਰ ਹੈ ਕੀ ਬਾਤ ਹੈ ਐਕਸ਼ਨ ਦਾ ਜਿਹੜਾ ਬਹੁਤ ਗੂੜਾ ਰਿਸ਼ਤਾ ਉਹ ਇਮੋਸ਼ਨਸ ਦੇ ਨਾਲ ਬਹੁਤ ਕੋਈ ਵੀ ਐਕਸ਼ਨ ਕਹਾਣੀ ਹੈ ਜੇ ਉਹਦੇ ਵਿੱਚ ਇਮੋਸ਼ਨਸ ਨਹੀਂ ਹੈਗੇ ਇਮੋਸ਼ਨਲੀ ਨਹੀਂ ਉਹ ਰਨ ਕਰ ਰਹੀ ਤਾਂ ਫਿਰ ਬੰਦੇ ਠਾਠੂ ਗੋਲੀਆਂ ਚਲਾਉਣ ਦਾ ਕੋਈ ਮਤਲਬ ਨਹੀਂ ਬਣਦਾ ਲੋਕ ਜੋੜ ਹੀ ਨਹੀਂ ਪਾਉਂਦੇ ਮੈਂ ਬਹੁਤ ਸਾਰੀਆਂ ਫਿਲਮਾਂ ਦੀ ਐਗਜ਼ਾਮਪਲ ਦੇ ਸਕਦਾ ਰਾਜਕੁਮਾਰ ਸੰਤੋਸ਼ ਦੀਆਂ ਚਾਹੇ ਘਾਇਲ ਸੀਗੀ ਉਹਦੇ ਵਿੱਚ ਉਹ ਬੜੀ ਇੱਕ ਬ੍ਰਦਰ ਦੋ ਬ੍ਰਦਰਸ ਦੀ ਕਹਾਣੀ ਸੀ ਉਹ ਕਿੰਨਾ ਇਮੋਸ਼ਨਲ ਕਹਾਣੀ ਹੈ ਘਾਤਕ ਸੀਗੀ
ਤਾਂ ਉਹ ਵੀ ਕਿੰਨੀ ਇਮੋਸ਼ਨਲ ਕਹਾਣੀ ਹੈ, ਉਹਦੇ ਬਾਪ ਦੇ ਗਲ 'ਚ ਪੱਟਾ ਪਾਉਂਦੇ ਆ, ਇਮੋਸ਼ਨ ਐਡ ਹੋ ਕੇ ਐਕਸ਼ਨ ਵੱਡਾ ਹੋ ਜਾਂਦਾ, ਤਾਂ ਹੀ ਬਣਦਾ ਨਾ ਐਕਸ਼ਨ ਦੀ ਵੈਲਿਊ ਤਾਂ ਪੈਂਦੀ ਹੈ ਐਕਸ਼ਨ, ਵਰਨਾ ਐਕਸ਼ਨ ਕਰਨ ਦਾ ਜਿਹੜਾ ਤੁਹਾਡਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਕਸਦ ਕੀ ਹੈ ਐਕਸ਼ਨ ਦੇ ਪਿੱਛੇ, ਇਹ ਥੋੜ੍ਹੀ ਹੈ ਕਿ ਬਿਨਾਂ ਮਤਲਬ ਤੋਂ ਹੀਰੋ ਆਇਆ ਅਤੇ ਗੋਲੀਆਂ ਚਲਾ ਰਿਹਾ, ਬੰਦੇ ਕੁੱਟ ਰਿਹਾ, ਤਾਂ ਉਹਦੇ ਪਿੱਛੇ ਕਹਾਣੀ ਜ਼ਰੂਰ ਹੋਣੀ ਚਾਹੀਦੀ ਹੈ, ਇਮੋਸ਼ਨਸ ਹੋਣੇ ਜ਼ਰੂਰੀ ਨੇ। ਫਿਲਮਾਂ ਉਹੀ ਐਕਸ਼ਨ ਦੇ ਵਿੱਚ ਸਫਲ ਹੋਈਆਂ ਨੇ ਜਿਹੜੀਆਂ ਇਮੋਸ਼ਨਲੀ ਲੋਕਾਂ ਨੂੰ ਆਪਣੇ ਨਾਲ ਕਨੈਕਟ ਕਰ ਸਕੀਆਂ। ਸੋ ਬਲੈਕੀਆ ਸੇਮ ਹੈ, ਬਲੈਕੀਆ ਦੇ ਵਿੱਚ ਇਮੋਸ਼ਨਸ ਬਹੁਤ ਸਟਰੋਂਗ ਹੈ, ਇਹ ਗੱਲ ਕਰਦੀ ਹੈ, ਸਿਰਫ ਇੱਕ ਹੀਰੋ ਦੀ ਗੱਲ ਨਹੀਂ ਕਰਦੀ, ਪੂਰੇ ਸਿਸਟਮ ਦੀ ਗੱਲ ਕਰਦੀ ਹੈ, ਇਹ ਆਲੇ ਦੁਆਲੇ ਜੋ ਸਮਾਜ ਵਿੱਚ ਵਾਪਰ ਰਿਹਾ, ਇਹ ਉਹਨਾਂ ਲੋਕਾਂ ਦੀ ਗੱਲ ਕਰਦੀ ਹੈ ਜਿਹੜੇ ਲੋਕ ਪਾਕਿਸਤਾਨ ਦੇ ਸਰਦਾਰ ਸੀ ਬਟ ਇੱਧਰ ਦੇ ਬਲੈਕੀਏ ਬਣੇ, ਜਿਹੜੇ ਪਾਕਿਸਤਾਨ 'ਚ ਜਿਨ੍ਹਾਂ ਕੋਲ ਮੁਰੱਬੇ ਸੀ ਜ਼ਮੀਨਾਂ ਦੇ ਬਟ ਇੱਧਰ ਆ ਕੇ ਗੁਜ਼ਰ ਬਸਰ ਕਰਨੀ ਵੀ ਔਖੀ ਹੋ ਗਈ, ਅਤੇ ਉਹਨਾਂ ਲੋਕਾਂ ਨੇ ਆ ਕੇ ਬਲੈਕ ਦਾ ਧੰਦਾ ਚੁਣਿਆ, ਉਹਨਾਂ ਕੋਲ ਕਿਉਂਕਿ ਹੋਰ ਕੋਈ ਰਸਤਾ ਨਹੀਂ ਸੀਗਾ, ਜਿਹੜੀਆਂ ਜ਼ਮੀਨਾਂ ਅਲੋਟ ਹੋਈਆਂ ਬਹੁਤ ਮਾੜੀਆਂ ਬਾਰਡਰ ਦੇ ਏਰੀਏ 'ਚ ਹੋਈਆਂ, ਪਾਣੀ ਦੀ ਮਾਰ ਥੱਲੇ ਸੀਗੀਆਂ, ਹੜ੍ਹ ਆਉਂਦੇ ਸੀਗੇ ਤਾਂ ਮਿੱਟੀ ਵੀ ਲੈ ਜਾਂਦੇ ਸੀ, ਜ਼ਮੀਨਾਂ ਟੋਏ ਪੈਂਦੇ ਸੀਗੇ, ਤਾਂ ਉਹਨਾਂ ਲੋਕਾਂ ਕੋਲ ਕੋਈ ਸਾਧਨ ਨਹੀਂ ਸੀਗਾ। ਇਹ ਕਹਾਣੀ ਜਦੋਂ ਮੈਂ DSP ਦੇਵ ਕਰ ਰਿਹਾ ਸੀਗਾ ਫਿਰੋਜ਼ਪੁਰ, ਉੱਥੋਂ ਦੇ ਰੀਅਲ ਪਿੰਡ 'ਚੋਂ ਕਹਾਣੀ ਕੱਢ ਕੇ ਲੈ ਕੇ ਆਇਆ, ਮੈਂ ਉਹ ਸਾਰਾ ਪਿੰਡ ਬਲੈਕ ਦੇ ਸਿਰ 'ਤੇ ਸਰਵਾਈਵ ਕਰਦਾ ਸੀਗਾ, ਤਾਂ ਕਿਵੇਂ ਉਹਨਾਂ ਤੋਂ ਮੈਂ ਕਰਨਾ ਪਿਆ ਬਲੈਕ ਪੁੱਛਿਆ, ਮੈਂ ਕਿਹਾ ਤੁਹਾਡੇ ਬੱਚਿਆਂ ਦਾ ਫਿਊਚਰ ਕੀ ਆ, ਤੁਹਾਡੇ ਬੱਚੇ ਅੱਗੇ ਜਾ ਕੇ ਕੀ ਕਰਨਗੇ, ਕਿ ਤੁਸੀਂ ਕਹਿੰਦੇ ਹੋ ਸਾਡੇ ਤਾਂ ਅਸੀਂ ਸ਼ਰਾਬ ਕੱਢਣੀ ਹੈ, ਸ਼ਰਾਬ ਵੇਚਣੀ ਹੈ, ਸਿਸਟਮ ਦੇ ਨਾਲ ਬੈਰ ਆ ਉਹਨਾਂ ਦਾ, ਪੁਲਿਸ ਨੂੰ ਵੜਨ ਨਹੀਂ ਦਿੰਦੇ ਪਿੰਡ ਦੇ ਵਿੱਚ, ਅਤੇ ਮੈਂ ਕਿਹਾ ਫਿਰ ਤੁਸੀਂ ਬੱਚਿਆਂ ਬਾਰੇ ਨਹੀਂ ਸੋਚਦੇ, ਕਹਿੰਦੇ ਇਹੀ ਕਰਨਾ, ਮੈਂ ਕਿਹਾ ਇਹਨਾਂ ਨੂੰ ਪੜ੍ਹਾਓ ਕੁਛ ਸੋਚੋ ਬਾਹਰ, ਅਤੇ ਕਹਿੰਦੇ ਸਾਡੇ ਕੋਲ ਹੋਰ ਕੁਛ ਨਹੀਂ ਹੈ, ਸਾਡਾ ਇਹੀ ਧੰਦਾ, ਤਾਂ ਉਹ ਉਸ ਧੰਦੇ ਦੇ ਵਿੱਚ ਅੱਜ ਇੰਨਾ ਅਪਣਾ ਚੁੱਕੇ ਨੇ ਕਿ ਉਹਨਾਂ ਨੂੰ ਹੋਰ ਦੁਨੀਆ ਦਿਖਦੀ ਨਹੀਂ ਹੈਗੀ ਉਸ ਤੋਂ ਬਿਨਾਂ, ਅਤੇ ਉਹਨਾਂ ਦਾ ਬਲੈਕ ਦੇ ਸਿਰ 'ਤੇ ਕੰਮ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਦੁਨੀਆ ਦੇ ਵਿੱਚ ਹੋਰ ਵੀ ਕੁਛ ਹੋ ਸਕਦਾ ਜਾਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਈਏ, ਤਾਂ ਇੱਕ ਇਹੋ ਜਿਹੇ ਨਾਇਕ ਦੀ ਕਹਾਣੀ ਹੈ ਜਿਹੜਾ ਚਾਹੁੰਦਾ ਕਿ ਮੇਰੇ ਇਲਾਕੇ ਦੇ ਵਿੱਚ ਮੇਰੇ 'ਤੇ ਬਲੈਕੀ ਦਾ ਠੱਪਾ ਲੱਗ ਗਿਆ, ਪਰ ਮੈਂ ਜਿੰਨੇ ਵੀ ਪੈਸੇ ਕਮਾ ਰਿਹਾ ਉਹਦੇ ਸਕੂਲ ਖੋਲੂੰਗਾ, ਅਤੇ ਮੈਂ ਸਿਸਟਮ ਦੇ ਵਿੱਚ ਮੈਂ ਇੰਨਾ ਕਮਾਊਂਗਾ ਕਿ ਮੈਂ ਸਾਰੇ ਕਿਸੇ ਨੂੰ ਗਰੀਬ ਨਹੀਂ ਰਹਿਣ ਦਿੰਦਾ, ਸਾਰੇ ਪਿੰਡ ਦੀ ਗਰੀਬੀ, ਇਹਦੇ ਵਿੱਚ ਬਹੁਤ ਇਮੋਸ਼ਨਲੀ ਕਹਾਣੀ ਜੁੜਦੀ ਹੈ, ਅਤੇ ਜਿਹੜੇ ਲੋਕਾਂ ਲਈ ਉਹ ਕਰਦਾ ਉਹੀ ਲੋਕ ਉਹਦੇ ਖਿਲਾਫ ਹੋ ਜਾਂਦੇ ਆ। ਸੋ ਇਹ ਕਹਾਣੀ ਮੈਂ ਰਿਵੀਲ ਨਹੀਂ ਕਰਨੀ ਚਾਹੁੰਦਾ, ਬਲੈਕੀਆ 2 ਨਹੀਂ, ਸਾਰੀ ਤਾਂ ਨਹੀਂ ਕੀਤੀ, ਇਹ ਤਾਂ ਸਿਰਫ ਇੱਕ ਦਿਨ ਮੈਂ ਸਾਥ ਦਿੱਤਾ, ਇਹ ਕਹਾਣੀ ਦੇ ਵਿੱਚ ਬਹੁਤ ਕੁਝ ਹੈ। ਐਕਸ਼ਨਸ ਦੀ ਗੱਲ ਚੱਲ ਰਹੀ ਸੀ, ਹੁਣ ਪੰਜਾਬੀ ਫਿਲਮਾਂ ਦਾ ਬਜਟ ਵੀ ਉਨਾ ਕੀ ਹੁੰਦਾ ਆ, ਕਈ ਵਾਰੀ ਸੈਟਅਪ ਇੰਨਾ ਤਗੜਾ ਲੱਗਾ ਹੁੰਦਾ ਤੁਹਾਨੂੰ ਵਨ ਟੇਕ ਐਕਸ਼ਨ ਕਰਨਾ ਪੈਂਦਾ, ਭਾਅ ਜੀ ਉਹ ਕਿੰਨਾ ਕੁ ਚੈਲੰਜ ਰਹਿੰਦਾ ਇੱਕ ਤੁਹਾਡੇ ਲਈ? ਮੇਰੇ ਲਈ ਕਾਫੀ, ਕਿਉਂਕਿ ਮੈਂ ਅੱਜ ਤੱਕ ਕਦੇ ਡੂਪ ਯੂਜ਼ ਨਹੀਂ ਕੀਤਾ ਕਦੇ ਵੀ, ਚਾਹੇ 15 ਫੁੱਟ 16 ਫੁੱਟ ਤੋਂ ਛਾਲ ਮਾਰਨੀ ਹੋਵੇ, ਚਾਹੇ ਕੁਛ ਵੀ, ਇਹਦੇ ਵਿੱਚ ਮੇਰਾ ਟਰੱਕ ਦਾ ਕਿ ਟਰੱਕ ਚੱਲ ਰਿਹਾ ਅਤੇ ਮੇਰੀ ਗਰਦਨ 'ਤੇ ਪੈਰ ਹੈ, ਨਾਲ ਨਾਲ ਟਾਇਰ ਚੱਲ ਰਿਹਾ, ਕੈਮਰਾ ਲੱਗਿਆ, ਮੈਂ ਖੁਦ ਕੀਤਾ, ਉਹ ਮਜ਼ਾ ਨਹੀਂ ਆਉਂਦਾ ਜਦੋਂ ਤੁਸੀਂ ਨਾ ਕਿਸੇ ਹੋਰ ਬੰਦੇ ਦਾ ਸਹਾਰਾ, ਫਿਰ ਤੁਸੀਂ ਐਕਸ਼ਨ ਹੀਰੋ ਕਾਹਦੇ ਹੋ ਜੇ ਤੁਸੀਂ ਖੁਦ ਨਹੀਂ ਕਰ ਸਕਦੇ? ਕਈ ਵਾਰੀ ਨਾ ਉਹ ਸੈਟਅਪ ਇੱਦਾਂ ਦਾ ਹੁੰਦਾ, ਦੂਸਰੀ ਵਾਰੀ ਬਣ ਨਹੀਂ ਸਕਦਾ। ਹਾਂ ਇਹ ਹੋਇਆ, ਜਦੋਂ ਮੈਂ ਪਿੱਛੇ ਜੇ ਫਿਲਮ ਕਰ ਰਿਹਾ ਸੀਗਾ ਰੁਤਬਾ, ਤਾਂ ਉਹਨਾਂ ਨੇ ਪੂਰਾ ਤਾਮ ਚਾਮ ਲਾਇਆ ਸੀ ਅਤੇ ਅੱਗ ਦੇ ਵਿੱਚੋਂ ਮੈਂ ਜਿਪਸੀ ਕੱਢਣੀ ਸੀ, ਉਹ ਕਹਿੰਦੇ ਵਨ ਟਾਈਮ ਹੀ ਹੋਊਗਾ। ਅੱਛਾ, ਉਦੋਂ ਤੁਹਾਡਾ ਦਿਲ ਵੀ ਧੜਕ ਰਿਹਾ ਹੁੰਦਾ ਕਿਉਂਕਿ ਜਿਪਸੀ ਵੀ ਪੈਟਰੋਲ ਵਾਲੀ ਸੀ ਜਿਹੜੀ ਮੈਨੂੰ ਫੜਾਤੀ, ਅਤੇ ਉੱਧਰੋਂ ਫਾਇਰ ਵੀ ਉਹਨਾਂ ਨੇ ਪੂਰੀ ਲਾਈ ਹੈ, ਤਾਂ ਫਿਰ ਮੈਂ ਵਨ ਟੇਕ ਕਰਨਾ ਕਿਉਂਕਿ ਦੁਬਾਰਾ ਸੈਟਅਪ ਨਹੀਂ ਲੱਗ ਸਕਦਾ ਨਾ, ਪ੍ਰੋਡਿਊਸਰ ਦਾ ਪੈਸਾ, ਕਾਰ ਵੀ ਉੱਡਣੀ ਹੈ, ਬਲਾਸਟ ਵੀ ਹੋਣਾ, ਬਾਰ ਬਾਰ ਨਹੀਂ ਹੋਣਾ, ਕਹਿੰਦਾ ਮੇਰੀ ਸਾਰੀ ਪੂੰਜੀ ਉੱਡਣੀ ਤੇ ਪੈਸੇ ਨੇ ਵੀ ਅੱਗ ਲੱਗ ਜਾਣੀ ਫਿਰ। ਹਾਂ ਫਿਰ ਕਰਦੇ ਹਾਂ ਫਿਰ, ਔਰ ਫਿਰ ਉਹ ਕਾਰ ਘੁੰਮ ਕੇ ਡਿੱਗਣੀ, ਫਿਰ ਮੈਂ ਕੱਢ ਕੇ ਲੈ ਕੇ ਗਿਆ ਵਿੱਚੋਂ, ਕਰਨੀ ਹੈ, ਕਰਨਾ ਪੈਂਦਾ। ਅਰੁਸ਼ੀ, ਮੈਂ ਨਾ ਕਮੈਂਟਸ ਵੀ ਚੈੱਕ ਕਰ ਰਿਹਾ, ਕੁਛ ਭਾਅ ਜੀ ਕ੍ਰਿਟਿਕਸ ਵੀ ਆ ਰਹੇ ਆ ਕਿ ਜਿਹੜੀ ਤੁਹਾਡੀ ਫਿਲਮ ਆ ਉਹ ਗੋਲਡ ਵਾਲੀ, ਉਹ ਨਾ ਸਾਊਥ ਦੀਆਂ ਮੂਵੀਆਂ ਨਾਲ ਕੁਛ ਸੀਨ ਜਾਂ ਸਕਰੀਨ ਪਲੇ, ਕੋਈ ਕਹਿ ਰਿਹਾ KGF ਹੈ, ਕੋਈ ਕਹਿੰਦਾ KGF ਪੰਜਾਬੀ ਦੀ KGF ਹੈ, ਇਨਸਪਾਇਰਡ ਹੈ, ਇਸ ਚੀਜ਼ ਨੂੰ ਕਿੱਦਾਂ ਫੇਸ ਕਰਦੇ ਹੋ ਤੁਸੀਂ? ਮੈਨੂੰ ਨਹੀਂ ਲੱਗਦਾ ਕਿ ਇਸਮੇ ਕੋਈ ਪ੍ਰੋਬਲਮ ਹੈ। ਵਾਟ ਇਜ਼ ਦੀ ਪ੍ਰੋਬਲਮ? ਮਤਲਬ ਕਿ ਇਸਮੇ ਕਿਉਂ ਪ੍ਰੋਬਲਮ ਇਹ ਹੈ, ਲੋਕੀ ਕਹਿੰਦੇ ਯਾਰ ਕਾਪੀ ਕਰ ਲਈ, ਕਾਪੀ ਕਿਉਂ ਕਰ ਲਈ, ਕਿ ਅਗਰ ਹਮ ਅੱਜ ਕੇ ਟਾਈਮ ਮੇ ਸਭ ਹਰ ਕੋਈ ਸਾਊਥ ਫਿਲਮ ਦੇਖਣਾ ਚਾਹਤਾ ਹੈ, ਕਿਉਂਕਿ KGF ਇਜ਼ ਅ ਗ੍ਰੈਂਡ ਮੂਵੀ, ਹਿੱਟ ਵੀ ਹੋ ਰਹੀ ਹੈ, ਹਾਂ ਵੋ ਸਾਰੀ ਸਾਊਥ ਕੀ ਫਿਲਮੇ ਐਵਰੀਬਡੀ ਇਜ਼ ਗੋਇੰਗ ਐਂਡ ਵਾਚਿੰਗ, ਕਿਉਂਕਿ ਉਨਕਾ ਸਿਨੇਮਾ ਅੱਛਾ ਹੈ। ਅਗਰ ਹਮ ਮਤਲਬ ਉਨਕੋ ਸੋਚਣਾ ਚਾਹੀਏ, ਅਗਰ ਹਮ ਪੰਜਾਬੀ ਲੈਂਗੁਏਜ ਮੇ ਆਪਣਾ ਸਿਨੇਮਾ ਉਸ ਲੈਵਲ ਤੱਕ ਲੈ ਜਾ ਪਾ ਰਹੇ ਹੈ, ਆਈ ਥਿੰਕ ਦੈਟਸ ਅ ਗ੍ਰੇਟ ਥਿੰਗ। ਤਾਂ ਮੈਨੂੰ ਤਾਂ ਖੁਸ਼ੀ ਵਾਲੀ ਗੱਲ ਹੈ ਕਿ KGF ਨਾਲ ਰਿਲੇਟ ਕਰ ਰਹੇ ਨੇ ਲੋਕ, ਤੇ ਉਹ ਕਿੱਡਾ ਵੱਡਾ ਅੰਪਾਇਰ ਹੈ ਉਹਨਾਂ ਦਾ, KGF ਲੱਗ ਰਹੀ ਹੈ ਫਿਲਮ, ਤਾਂ ਇਹ ਹੈ ਕਿ ਅਸੀਂ ਉਸ ਬਜਟ 'ਚ ਲੋਕਾਂ ਨੂੰ ਹੀ ਦਿਖਾਤਾ। ਬਟ ਮੈਂ ਇਹ ਕਹਿਣਾ ਚਾਹੂੰਗਾ ਸਾਰਿਆਂ ਨੂੰ ਕਿ ਇਹ ਫਿਲਮ ਪੰਜਾਬ ਦੀ ਗੱਲ ਕਰਦੀ ਹੈ, ਇਹਦਾ KGF ਨਾਲ ਕੋਈ ਲੈਣਾ ਦੇਣਾ ਨਹੀਂ। ਮੇਕਿੰਗ ਵਾਈਜ਼ ਤੁਹਾਨੂੰ ਲੱਗ ਰਹੀ ਹੈ ਤਾਂ ਉਹ ਸਾਡੇ ਲਈ ਇੱਕ ਕੰਪਲੀਮੈਂਟ ਹੈ, ਵਿਜ਼ੂਅਲੀ ਲੱਗ ਰਹੀ ਹੈ, ਬਿਲਕੁਲ ਹੈ, ਹਮਾਰੇ ਲਈ ਸਾਡੇ ਲਈ ਕੰਪਲੀਮੈਂਟ ਹੈ ਕਿ ਅਸੀਂ ਤੁਹਾਨੂੰ ਸਾਊਥ ਦੇ ਬਰਾਬਰ ਦਾ ਸਿਨੇਮਾ ਦੇਖਣ ਤਾਂ ਲੱਗਿਆ। ਕੀ ਬਾਤ, ਆਫ ਕੋਰਸ ਭਾਜੀ, ਇਹਦੇ ਵਿੱਚ ਤੁਸੀਂ ਨਵਨੀਤ ਸਿੰਘ ਦੀ ਕਿੰਨੀ ਕੁ ਮਿਹਨਤ ਮੰਨਦੇ ਹੋ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਮੇਕਿੰਗ ਉਹਨਾਂ ਨੇ ਇਸ ਵਾਰ ਬਹੁਤ ਆਊਟ ਆਫ ਦਾ ਵੇ ਜਾ ਕੇ ਚੀਜ਼ਾਂ ਕੀਤੀਆਂ ਨੇ, ਔਰ ਦਿਨ ਰਾਤ ਉਹਨਾਂ ਨੇ ਬਲੈਕੀਆਂ ਨੂੰ ਦਿੱਤਾ, ਅਤੇ
तो उन्होंने कमाल की सिनेमेटोग्राफी तुम्हें दिख रही है बहुत और पिछले हरमीत सिंह जी की गाइडनेस थी तो उन्होंने पूरा मिलकर वधिया किया भाजी कलर्स भी जी इन्होंने जो चॉप भी किया ना एडिटर की भी बड़ी मेहनत है वो सच्ची बहुत रियल लग रहा है टीम भाजी टेक्निकली टीम तो लैके एक चीज़ बहुत वे पद्धर से स्ट्रोंग हायर की गई है और उस जो रियल लाइफ से कोई यह जी सिचुएशन आ जाए कि किसी के भले लिए ब्लैकिया बनना पै जाए तो तुम मंजूर है मुझे टिफिन भी ब्लैक कर दे रहे टिफिन जो रोटी खादी है ब्लैक दा नहीं कीते तो पहले चोर था अब ब्लैक के वन साडे वाला तो निकल जाती थी असि भी के फिर आप भी खानी पेंदी है ना यार ये बहुत मीठी याद आ बचपन दी भाई शार्पनर भी पेंसिल ना भी शार्पनर पेंसिल हां कलर हां चक्कियां चक्कियां चक ले होंदी मेरीयां भी निकल जांदियां सी ये चलदा हुंदा सी स्कूल दे विच ਤੁਹਾਡੇ ਲਈ ਹੈ ਟਰੂ ਆ ਕਿ ਫਾਲਸ ਤੁਸੀਂ ਦੱਸਣਾ ਤੁਸੀਂ ਆਪਣੀਆਂ ਸਹੇਲੀਆਂ ਨੂੰ ਸਿੰਗਲ ਸਹੇਲੀਆਂ ਨੂੰ ਸੋਹਣੇ ਸੋਹਣੇ ਮੁੰਡਿਆਂ ਦੇ ਨੰਬਰ ਬਲੈਕ ਚ ਫਾਲਸ ਨਹੀਂ ਦਿੱਤੇ ਨਹੀਂ ਮੇਰੀ ਯਾਰ ਲੜਕੀਆਂ ਬਹੁਤ ਕਮ ਦੋਸਤ ਹੈ ਇੱਕ ਹੀ ਮੇਰੀ ਲਾਈਫ ਮੇ ਇੱਕ ਹੀ ਲੜਕੀ ਫਰੈਂਡ ਹੈ ਐਂਡ ਬਿਕੋਜ਼ ਜੈਸੇ ਦੇਵ ਨੇ ਬੋਲਾ ਕਿ ਮੈਂ ਥੋੜੀ ਟੌਮ ਬੋਇਸ਼ ਹਾਂ ਤਾਂ ਲੜਕੀਆਂ ਥੋੜੀ ਜ਼ਿਆਦਾ ਇਸੇ ਲੜਕੀਓ ਕੇ ਸਾਥ ਰਹਿਣਾ ਪਸੰਦ ਕਰਦੇ ਹੈ ਭਾਜੀ ਕੀ ਸੱਚ ਹੈ ਤੁਸੀਂ ਸੌਂਗ ਸ਼ੂਟ ਵੇਲੇ ਡਾਂਸ ਸਟੈਪ ਘੱਟ ਕਰਵਾਏ ਤੇ ਕਸੋਨ ਜ਼ਿਆਦਾ ਪਾਏ मैं दे दूँ उसका आंसर दे दो ट्रू कि हर गाने में डांस कम कराता है आई नो दैट जे देव करोड़ नो कोई डांसिंग मूवी मिले देव करोड़ करूंगा इनका देव नहीं बाजूंगा काका जी में एक ही डांसिंग नंबर था हम दोनों का क्या बढ़िया डांस तो बाद में रिहर्सल कितनी करवाई थी मेरी उसके बाद भी खराब किया हां वो भी खराब किया मैं तुम्हें दस दिया मैं बहुत पहले तो भाई नु जानना भाई दे फेवरेट ने सनी देओल ते देखो जदों असी किसी चीज तो इंस्पायर होने है ना ते उन्हां दा तुहाडे विच एक्शन भी आ गया कमाल ਸੈੱਟ ਤੇ ਤੁਸੀਂ ਕਈ ਵਾਰ ਦੇਵ ਭਾਈ ਨਾਲ ਮਿਲ ਕੇ ਬੱਕਰੇ ਬੁਲਾਏ ਸੱਚ ਹੈ ਕਾਕਾ ਜੀ ਬਹੁਤ ਬੁਲਾਏ ਆਈ نو ਇਸ ਵਿੱਚ ਤਾਂ ਇਤਨੇ ਜ਼ਿਆਦਾ ਇਹ ਜੈਨੇ ਨਹੀਂ ਸੀ ਬੁਲਾ ਸਕੇ ਸੀ ਅੱਛਾ ਇਹ ਵੀ ਬੁਲਾਏ ਇੱਕ ਅੱਧੀ ਵਾਰ ਬਟ ਕਾਕਾ ਜੀ ਤਾਂ ਬਹੁਤ ਬੁਲਾਏ ਅਸੀਂ ਬੱਕਰੇ ਹੈ ਨਾ ਇਧਰ ਇਸ ਅੱਛਾ ਜੀ ਲੋਕੀ ਕਹਿੰਦੇ ਆ ਰੋਸ਼ਨ ਨੂੰ ਨਹੀਂ ਪਤਾ ਬੱਕਰੇ ਬੁਲਾਉਣ ਦਾ ਮਤਲਬ ਨਹੀਂ ਪਤਾ ਇਹਨੂੰ ਬੱਕਰੇ ਬੁਲਾਉਣ ਦਾ ਸਭ ਸਮਝਦੀ ਹੈ ਇਹਦਾ ਪਤਾ ਕੀ ਇਹ ਇਹ ਕੀ ਕਰਦੀ ਜਦੋਂ ਸਵੇਰੇ ਸਵੇਰੇ ਸਾਡਾ ਸ਼ੂਟ ਕਈ ਵਾਰ ਨਾ ਸਾਡੀਆਂ ਨਾਈਟਸ ਜ਼ਿਆਦਾ ਸੀਗੀਆਂ ਸਵੇਰੇ ਸਵੇਰੇ ਢਾਬੇ ਤੇ ਲੈਂਦੀ ਜੀਰਕਪੁਰ ਰੋਡ ਤੇ ਪਰੌਂਠੇ ਬੜੇ ਖਾਦੇ ਆਪਾਂ ਨਾ ਉੱਥੇ ਬਹੁਤ ਪਰੌਂਠੇ ਖਾਦੇ ਖਾਣੇ ਚਾਹੀਏ ਮੈਂ ਦੁਬਾਰਾ ਇਸ ਵਾਰ ਸੌਰੀ ਕਿੱਥੇ ਸ਼ੂਟ ਹੋਈ ਤੁਹਾਡੀ ਭਾਈ ਫਿਲਮ ਹੈ ਬੜਾ ਵਧੀਆ ਜਿਹਾ ਬੀਚ ਤੇ ਤੁਸੀਂ ਸੈੱਟ ਜਿਹਾ ਲਾਇਆ ਹੋਇਆ ਇਹ ਬੰਬੇ ਕੀਤੀ ਅਸੀਂ ਮਲਟੀਪਲ ਲੋਕੇਸ਼ਨ ਹਾਂ ਬਹੁਤ ਕਾਫੀ ਮਲਟੀਪਲ ਲੋਕੇਸ਼ਨਸ ਨੇ ਪੰਜਾਬ ਹੈਗਾ ਹੈ ਫਿਰ ਉਸ ਤੋਂ ਬਾਅਦ ਰਾਜਸਥਾਨ ਅਸੀਂ 20-22 ਦਿਨ ਸ਼ੂਟ ਕੀਤੀ ਹੈ ਅਤੇ ਬੰਬੇ ਕੀਤੀ ਆ ਪੰਜਾਬ ਕੀਤੀ ਆ ਹੋਰ ਕਿੱਥੇ ਬਸ ਇੱਥੇ 3-4 ਲੋਕੇਸ਼ਨ ਦੇ ਉੱਤੇ ਨੇ ਦੇਵ ਨੂੰ ਲਾਸਟ ਟਾਈਮ ਕਦੋਂ ਲੱਗਾ ਕਿ ਗਰੀਬੀ ਚੱਕੀ ਗਈ ਇਹ ਸਵਾਲ ਤੁਹਾਡਾ ਬੜਾ ਵਧੀਆ ਇਹ ਜਦੋਂ ਫਿਲਮਾਂ ਚੱਲਣੀਆਂ ਸ਼ੁਰੂ ਹੋਈਆਂ ਜਦੋਂ ਮੈਨੂੰ ਡਾਕੋਂ ਦੇ ਮੁੰਡੇ ਤੋਂ ਬਾਅਦ ਲਗਾਤਾਰ ਦੜਾ ਆਫਰ ਹੋਈਆਂ ਫਿਲਮਾਂ ਉਦੋਂ ਲੱਗਿਆ ਕਿ ਠੀਕ ਹੋ ਗਿਆ ਸਿਸਟਮ ਭਾਜੀ ਗਾਂਧੀ ਤੋਂ ਬਾਅਦ ਥੋੜ੍ਹਾ ਜਿਹਾ ਤੁਹਾਡਾ ਗੈਪ ਵੀ ਪੈ ਗਿਆ ਸੀਗਾ ਗਾਂਧੀ ਤੋਂ ਬਾਅਦ ਸਾਲ ਫਿਲਮ ਨਹੀਂ ਸੀ ਮੈਨੂੰ ਮਿਲੀ ਜਦੋਂ ਕਿ ਗਾਂਧੀ ਸੁਪਰ ਹਿੱਟ ਫਿਲਮ ਸੀ ਤੁਸੀਂ ਆਪ ਸਟੋਰੀ ਮੰਗਣ ਗਏ ਮੈਂ ਆਪ ਗਿਆ ਸੀਗਾ ਮੈਂ ਗਾਂਧੀ 2 ਆਪ ਬਣਾਈ ਸੀਗੀ ਆਪ ਮਤਲਬ ਪ੍ਰੋਡਿਊਸਰ ਨੇ ਪੈਸਾ ਲਾਇਆ ਬਟ ਉਹਦੇ ਲਈ ਦੁਬਾਰਾ ਘਰੋਂ ਨਿਕਲ ਕੇ ਕਹਾਣੀ ਦੁਬਾਰਾ ਲੈ ਕੇ ਸਟਰਗਲ ਆਪ ਕੀਤੀ ਕਿ ਆਹ ਫਿਲਮ ਹੈ ਜੀ ਮੇਰੇ ਕੋਲ ਆਹ ਸਟੋਰੀ ਹੈ ਪ੍ਰੋਡਿਊਸਰ ਉਹਦੇ ਲਈ ਮਨਾਏ ਅਰੁਸ਼ੀ ਜਦੋਂ ਇੰਨੇ ਹਿੱਟ ਦੇਣ ਤੋਂ ਬਾਅਦ ਆਰਟਿਸਟ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਕਿੱਦਾਂ ਦਾ ਫੇਸ ਹੁੰਦਾ ਉਸ ਚੀਜ਼ ਨੂੰ ਕਿੱਦਾਂ ਡੀਲ ਕਰੇ ਇੱਕ ਆਰਟਿਸਟ ਆਈ ਫੀਲ ਕਿ ਕਾਫੀ ਲੋ ਫੇਸ ਹੁੰਦਾ ਹੈ ਜੈਸੇ ਮੈਂ ਹਮੇਸ਼ਾ ਇੰਟਰਵਿਊ ਮੈਂ ਕਹਿਤੀ ਹੂੰ ਕਿ ਪਹਿਲੀ ਫਿਲਮ ਐਂਡ ਅ ਲੋਟ ਆਫ ਪੀਪਲ ਸੇ ਕਿ ਪਹਿਲੀ ਫਿਲਮ ਮਿਲਣਾ ਬਹੁਤ ਆਸਾਨ ਹੁੰਦਾ ਹੈ ਉਸਕੇ ਬਾਅਦ ਸਟਰਗਲ ਹੁੰਦੀ ਹੈ ਬਿਕੋਜ਼ ਆਫਟਰ ਦੈਟ ਯੂ ਡੋਂਟ ਗੈਟ ਗੁੱਡ ਵਰਕ ਇਫ ਵੀ ਟਾਕ ਅਬਾਊਟ ਮਾਈ ਕਰੀਅਰ ਆਈ ਥਿੰਕ ਆਈ ਡੋਂਟ ਨੋ ਇਤਨੇ ਅਪਸ ਐਂਡ ਡਾਊਨਸ ਰਹੇ ਹੈ ਬਿਕੋਜ਼ ਜਬ ਮੈਨੇ ਸਟਾਰਟ ਕੀਆ ਤੋ ਕਾਕਾ ਜੀ ਥੀ ਹਾਈ ਐਂਡ ਆਰੀਆ ਥੀ ਐਵਰੀਥਿੰਗ ਵਾਸ ਗੋਇੰਗ ਵੈਲ ਫਿਰ ਲੋਕਡਾਊਨ ਲੱਗ ਗਿਆ ਐਂਡ 2 ਇਅਰਸ ਤੋ ਪਤਾ ਹੀ ਨਹੀਂ ਲੱਗੇ ਕਿ ਕਹਾਂ ਚਲੇ ਗਏ ਇੰਡਸਟਰੀ ਮੇ ਇਤਨਾ ਜ਼ਿਆਦਾ ਨਹੀਂ ਤਾਰੀਫ ਨਹੀਂ ਮੇਰਾ ਪਹਿਲਾ ਗਾਣਾ ਥਾ ਸੱਜਣ ਅਦੀਪ ਕੇ ਸਾਥ ਮੇ ਆਚਕ ਛੱਲਾ ਅੱਛਾ ਉਹ ਸੀਗਾ ਵੋ ਮੇਰਾ ਪਹਿਲਾ ਗਾਣਾ ਸੌਰੀ ਮੈਂ ਇਨਫੋਰਮੇਸ਼ਨ ਗਲਤ ਦੇਤੀ ਆਡੀਅੰਸ ਨੂੰ ਆਈ ਅਪੋਲੋਜਾਈਜ਼ ਨੋ ਪ੍ਰੋਬਲਮ ਅੱਛਾ ਰੂਸ਼ੀ ਲਾਸਟ ਟਾਈਮ ਤੁਸੀਂ ਮੈਰਿਜ ਪ੍ਰਪੋਜ਼ ਕਦੋਂ ਰਿਜੈਕਟ ਕੀਤਾ ਸੀ ਦੋ ਮਹੀਨੇ ਪਹਿਲਾਂ
ਪਰੀ ਆ ਆ ਵੀ ਕੀ ਚੱਕਰ ਹੁੰਦਾ ਦੇਵ ਭਾਈ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਮਾੜਾ ਜਿਹਾ ਕੰਮ ਸੈੱਟ ਹੋਇਆ ਨਹੀਂ ਕਰਦੇ ਕਹਿੰਦੇ ਵਿਆਹ ਕਰ ਦੇ ਕੀ ਕੋਲ ਕਈਆਂ ਦਾ ਤਾਂ ਕੰਮ ਸੈੱਟ ਹੋਣ ਤੋਂ ਪਹਿਲਾਂ ਹੀ ਸ਼ਹੀਦ ਕਰ ਦਿੰਦੇ ਆ ਕਿ ਚੱਲ ਬੰਦਾ ਕਹਿੰਦਾ ਯਾਰ ਮੈਨੂੰ ਕੁਛ ਤਾਂ ਕਰ ਲੈਣ ਦਿਓ ਕਈਆਂ ਨਾਲ ਐਵੇਂ ਹੀ ਹੁੰਦਾ ਭਾਜੀ ਕੁਛ ਕਮੈਂਟਸ ਆਏ ਨੇ ਤੁਹਾਡੇ ਲਈ ਜਦੋਂ ਪਤਾ ਲੱਗਾ ਵੀ ਬਲੈਕੀਆ 2 ਦੀ ਸਟਾਰਕਾਸਟ ਤੁਹਾਡੇ ਕੋਲ ਆ ਰਹੀ ਹੈ ਦੇਬੂ ਖਰੋੜਿਆਂ ਵਾਲਾ ਪੁੱਛਦਾ ਕਿ ਤੁਹਾਡਾ ਐਕਸ਼ਨ ਮੈਨੂੰ ਬਹੁਤ ਪਸੰਦ ਆ ਭਾਜੀ ਤੁਸੀਂ ਮੇਰੇ ਕੋਲ ਫ੍ਰੀ ਆ ਸਕਦੇ ਹੋ ਖਰੋੜੇ ਖਾਣ ਕਿਹੜੀ ਥਾਂ ਦੇ ਆ ਭਾਜੀ ਮੋਹਾਲੀ 7 ਫੇਸ ਪੱਕਾ ਪੱਕਾ ਹਾਂ ਲੈ ਮੈਂ ਚਲਾ ਜਾਣਾ ਦੇਖ ਲਓ ਜਿਹਦੇ ਜੇ ਉਹਨੇ ਖਰੋੜੇ ਨਾ ਦਿੱਤੇ ਫਿਰ ਜ਼ਿੰਮੇਵਾਰ ਤੁਸੀਂ ਹੋ ਬਿੱਲ ਤੁਹਾਨੂੰ ਭੇਜ ਦੇਗੇ ਜੇਬ ਤੋਂ ਨਾ ਜਾਣ ਖਰੋੜੇ ਦੇਵ ਭਾਈ ਨੂੰ ਖਵਾ ਦਿਓ ਅਰੂਸ਼ਾ ਜੱਟ ਪੁੱਛਦਾ ਕਿ ਤੁਹਾਨੂੰ ਚੁੰਨੀ ਸਾਂਭਣੀ ਔਖੀ ਲੱਗਦੀ ਹੈ ਕਿ 3-4 ਬੁਆਏਫ੍ਰੈਂਡ ਸਾਂਭਣੇ ਔਖੇ ਲੱਗਦੇ ਆ 3-4 ਆਈ ਹੈਵ ਨੈਵਰ ਹੈਡ 3-4 ਬੁਆਏਫ੍ਰੈਂਡ ਯਾਰ ਔਰ ਚੁੰਨੀ ਵੀ ਸਾਂਭਣੀ ਸੌਖੀ ਆ ਠੀਕ ਹੈ ਤੁਸੀਂ ਇਸ 'ਚ ਬੜੀ ਹੋ ਸਤੀ ਸਵਿਤਰੀ ਜੀ ਇੱਕੋ ਹੀ ਤੁਹਾਡਾ ਸੀਨ ਮੈਂ ਦੇਖਿਆ ਟੀਜ਼ਰ ਦੇ ਵਿੱਚ ਮੈਂ ਹੂੰ ਹੀ ਸਤੀ ਸਵਿਤਰੀ ਨਹੀਂ ਉਹ ਲਾਈਕ ਭਾਈ ਜਦੋਂ ਜੀ ਦੀ ਲੁੱਕ ਬੜੀ ਵਧੀਆ ਆਈ ਸੀਗੀ ਇਹਨੇ ਉਹੀ ਵੇਅਰ ਕੀਤਾ ਸੀਗਾ ਸੂਟ ਸਲਵਾਰ ਪੰਜਾਬੀ ਲੁੱਕ ਬਹੁਤ ਸੋਹਣੀ ਲੁੱਕ ਹੈ ਨਹੀਂ ਓਨੈਸਟਲੀ ਮੈਂ ਕਦੇ ਐਸਾ 2-3 ਟਾਈਮਿੰਗ ਨਹੀਂ ਕੀਤਾ ਸੋ ਓਕੇ ਕੰਟਰੋਲਿਸ ਟਾਈਮ ਪਰੀ ਮੀਕਾ ਸ਼ੋਕ ਵਾਲਾ ਪੁੱਛਦਾ ਕਿ ਹਫਤੇ 'ਚ ਕਿੰਨੀ ਕੁ ਵਾਰ ਬੱਕਰੇ ਬੁਲਾ ਲੈਂਦੇ ਪਹਿਲਾਂ ਮੈਨੂੰ ਇਹ ਦੱਸੋ ਕਿ ਇਹਦਾ ਸਿੱਧਾ ਨਾਂ ਨਹੀਂ ਹੈਗਾ ਕੋਈ ਖਰੋੜਿਆਂ ਵਾਲਾ ਹੈ ਕੋਈ ਸਿੱਧਾ ਨਾਂ ਵੀ ਹੋਵੇ ਕੋਈ ਸ਼ੌਕ ਵਾਲਾ ਹੈ ਕੋਈ ਸਿੱਧਾ ਨਹੀਂ ਕੋਈ ਕੁਲਜਿੰਦਰ ਸਿੰਘ ਨਹੀਂ ਕੋਈ ਕੁਲਜਿੰਦਰ ਸਿੰਘ ਕੋਈ ਬਲਵਿੰਦਰ ਸਿੰਘ ਕੋਈ ਮਨਦੀਪ ਸਿੰਘ ਕੋਈ ਇਹੋ ਜਿਹਾ ਬੰਦਾ ਪੁੱਛ ਲਿਆ ਬਲਵਿੰਦਰ ਸ਼ੋਪ ਵਾਲਾ ਹੁਣ ਜੱਚਦਾ ਨਹੀਂ ਨਾ ਭਾਈ ਦੱਸੋ ਕੋਈ ਖਰੋੜਿਆਂ ਵਾਲਾ ਕੋਈ ਸ਼ੌਕ ਇੱਕ ਤੇਰੇ ਵਾਲਾ ਕਿਹੜਾ ਸੀ ਅਰੂਸਾ ਕੀ ਅਰੂਸਾ ਜੱਟ ਅਰੂਸਾ ਜੱਟ ਦੱਸ ਯਾਰ ਨਾਮ ਮੇ ਵੀ ਇਤਨਾ ਐਫਰਟ ਨਹੀਂ ਡਾਲਾ ਅਰੂਸ਼ੀ ਕੋ ਅਰੂਸ਼ਾ ਕਰ ਦੀ ਹੁਣ ਮੈਨੂੰ ਪਤਾ ਖਰੋੜੇ ਮਿਲਨੇ ਨਹੀਂ ਆ ਬਣਾਏ ਹੋਏ ਨੇ ਤੁਹਾਡੇ ਸਾਰੇ ਸਵਾਲ ਮਾਰੀ ਮੇਰੇ ਚੀਟਿੰਗ ਕਰ ਰਹੇ ਹੋ ਮਾਰੇ ਸਾਥ ਦੇ ਭਾਈ ਤੁਹਾਨੂੰ ਖਰੋੜੇ ਮੇਰੇ ਵੱਲੋਂ ਬਾ ਠੀਕ ਹੈ ਭਾਜੀ ਬਲੈਕੀਆ 2 ਚ 5 ਚੀਜ਼ਾਂ ਜੋ ਆਡੀਅנס ਨੂੰ ਮਿਲਣਗੀਆਂ ਦੇਖ ਬਹੁਤ ਕਮਾਲ ਦੀਆਂ ਪਰਫਾਰਮੈਂਸ ਐਕਸ਼ਨ ਤੇ ਹੋ ਗਿਆ ਟੀਜ਼ਰ ਚ ਸਭ ਨੇ ਦੇਖ ਲਿਆ ਭਾਜੀ ਬਹੁਤ ਕਮਾਲ ਦੀਆਂ ਪਰਫਾਰਮੈਂਸਸ ਬਹੁਤ ਸੋਹਣਾ 뮤직 ਔਰ ਬਹੁਤ ਜ਼ਬਰਦਸਤ ਕਹਾਣੀ ਜਿਹੜੀ ਟਰੂ ਇਵੈਂਟਸ ਤੋਂ ਇਨਸਪਾਇਰਡ ਹੈ ਜਿਹੜੀ ਕਿ ਅਸੀਂ ਲੋਕਾਂ ਚੋਂ ਹੀ ਕੱਢ ਕੇ ਲੈ ਕੇ ਆਏ ਹਾਂ ਫਿਰ 뮤직 ਦੀ ਗੱਲ ਕਰਤੀ ਐਕਸ਼ਨ ਬਹੁਤ ਕਮਾਲ ਦਾ ਐਕਸ਼ਨ ਔਰ ਬਹੁਤ ਸੋਹਣੀਆਂ ਸੋਹਣੀਆਂ ਕੁੜੀਆਂ ਜਪਜੀ ਖਹਿਰਾ ਤੇ ਆਰੁਸ਼ੀ ਸ਼ਰਮਾ ਪਰ ਇਹ ਜਪਜੀ ਖਹਿਰਾ ਨੂੰ ਸੋਰੀ ਜਪਜੀ ਖਹਿਰਾ ਦੇ ਆ ਗਿਆ ਉਹਨਾਂ ਨੇ ਥੋੜਾ ਜਿਹਾ ਡਲ ਮੇਕਅਪ ਕੀਤਾ ਹੋਇਆ ਹਾਂ ਉਹ ਪਿੰਡ ਦੀ ਗਲਾਂ ਨਹੀਂ ਕੱਢੀਆਂ ਨਹੀਂ ਉਹ ਚੰਗੀ ਗੱਲ ਹੈ ਉਹ ਕੈਰੇਕਟਰ ਹੈ ਉਹਨਾਂ ਦਾ ਔਰ ਉਹ ਚੰਗੀ ਗੱਲ ਹੈ ਉਹ ਉਹਨਾਂ ਨੇ ਆਪ ਲਿਆ ਇਹ ਕਿਸੇ ਨੇ ਉਹਨਾਂ ਨੂੰ ਕਿਹਾ ਨਹੀਂ ਹੈਗਾ ਇਹ ਕੁੜੀਆਂ ਕੁਝ ਵੀ ਜਾ ਸਕਦੀਆਂ ਇਹ ਜਪਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ 70s ਦੇ ਦੌਰ ਦੀ ਕੁੜੀ ਹੈ ਤੇ ਉਹ ਪਿੰਡ 'ਚ ਰਹਿੰਦੀ ਹੈ ਵੀ ਪਿੰਡਾਂ ਦਾ ਮਾਹੌਲ ਦੈਟ ਟਾਈਮ ਨਾ ਏਸੀ ਹੁੰਦੇ ਸੀ ਨਾ ਪੱਖੇ ਹੁੰਦੇ ਸੀ ਜਿਹੜੇ ਟਾਈਮ ਦਾ ਅਸੀਂ ਪੀਰੀਅਡ ਦਿਖਾਇਆ ਦੇ ਵਿੱਚ ਔਰ ਮੇਕਅਪ ਤੋਂ ਫਿਰ ਬਹੁਤ ਹੀ ਉਹਨੇ ਉਦਾਂ ਦਾ ਮੇਕਅਪ ਲਿਆ ਔਰ ਉਹ ਬੜਾ ਸੂਟ ਬਹੁਤ ਕੀਤਾ ਉਹਨਾਂ ਨੂੰ ਜਚਿਆ ਬਹੁਤ ਲਓ ਜੀ ਬਲੈਕੀਆ 2 ਗੁਰਨਾਮ ਸਿੰਘ ਗਾਮਾ ਇਹਨਾਂ ਦੇ ਕੈਰੈਕਟਰ ਦਾ ਨਾਮ ਤੁਸੀਂ ਦੱਸੋ ਮੇਰਾ ਨਾਮ ਗੁਰਨਾਮ ਸਿੰਘ ਗਾਮਾ ਹੈ ਤੇ ਇਹਨਾਂ ਦਾ ਨਾਮ ਇਹਨਾਂ ਨੂੰ ਪਤਾ ਯੂ ਡੋਨਟ ਨੋ ਮਾਈ ਨੇਮ ਵਾਓ ਸਟਾਰ ਕਾਸਟ ਨੂੰ ਪਤਾ ਨਹੀਂ ਹੈਗਾ ਇੱਕ ਦੂਜੇ ਦਾ ਨਾਮ ਇਹਦਾ ਮਤਲਬ ਵੀ ਐਕਸ਼ਨ ਦੇ ਵਿੱਚ ਬਿਜ਼ੀ ਸੀ ਭਾਜੀ ਆਈ ਨੋ ਮੇਰੇ ਕੋ ਆਪਣਾ ਵੀ ਪਤਾ ਹੈ ਨਹੀਂ ਗੁਰਨਾਮ ਸਿੰਘ ਕੋਈ ਨਾਮ ਲੈ ਕੇ ਤਾਂ ਬੁਲਾਇਆ ਨਹੀਂ ਮਤਲਬ ਕਿਉਂ ਨਹੀਂ ਬੁਲਾਇਆ ਡਾਇਲੋਗ ਹੈ ਹਮਾਰਾ ਯਾਰ ਅਰੁਸ਼ੀ ਟਿਕ ਟਿਕ ਵਨ ਕਰੋ ਮੈਂ ਨਹੀਂ ਕਰਨਾ ਪਰਨੀਤ ਨਾਮ ਹੈ ਮੇਰਾ ਉਸਨੂੰ ਪਰਨੀਤ ਹੈ ਅੱਛਾ ਪਰਨੀਤ ਹੋਰ ਵੀ ਬਹੁਤ ਹੋਣਗੀਆਂ ਨਾ ਭਾਜੀ ਭੁੱਲ ਜਾਂਦੇ ਨਹੀਂ ਮੈਨੂੰ ਜਪਜੀ ਦਾ ਨਾਮ ਨਹੀਂ ਪਤਾ ਕੀ ਹੈ ਫਿਲਮ ਦੇ ਵਿੱਚ ਅਬ ਉਸਕੇ ਲਈ ਜਪਜੀ ਹੀ ਕਰੇ ਇਹਦਾ ਮਤਲਬ ਹੈ ਵੀ ਕਿੰਨੇ ਘੈਂਟ ਆਰਟਿਸਟ ਨੇ ਆਪਣੇ ਕੰਮ ਵੱਲ ਧਿਆਨ ਸੀ ਨਾਮ ਵੱਲ ਕਿਸੇ ਦੇ ਧਿਆਨ ਨਹੀਂ ਸੀ ਅਗਲੇ ਨੇ ਸਿਰਫ ਐਕਸ਼ਨ ਤੇ ਫੋਕਸ ਕੀਤਾ ਐਕਚੁਅਲੀ ਟਾਈਮ ਹੋ ਗਿਆ ਹਨਾ ਉਸ ਤੋਂ ਬਾਅਦ ਨਵੀਆਂ ਫਿਲਮਾਂ ਵੀ ਕਰ ਗਿਆ ਮੈਂ 2-4 ਹੋਰ ਸ਼ੂਟ ਕਰਦੀਆਂ ਹੁਣ ਹਾਂ ਤਾਂ ਫਿਰ ਉਹ ਫਰਕ ਪੈ ਜਾਂਦਾ ਨਾ ਚੀਜ਼ਾਂ 'ਚ ਤੁਹਾਡੇ ਨਾਲ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਮਾਰ ਲਈਆਂ ਹੁਣ ਮੈਨੂੰ ਵੀ ਇੱਕ ਫਿਲਮ ਮਿਲਦੀ ਪਈ ਹੈ ਜਿਹਦੇ ਵਿੱਚ ਬਲੈਕੀਆ 2 ਡੋਕੋ ਦਾ ਮੁੰਡਾ 2 ਤੁਹਾਡੀਆਂ ਜਿੰਨੀਆਂ ਵੀ ਫਿਲਮਾਂ ਨੇ ਨਾ ਉਸ ਤੋਂ ਨੈਕਸਟ ਲੈਵਲ ਦਾ ਭਾਰੀ ਐਕਸ਼ਨ ਆ ਪਰ ਮੇਰੇ ਹਰ ਸੀਨ ਦੇ ਵਿੱਚ ਚਪੇੜ ਪੈਣੀ ਹੁਣ ਮੈਂ ਸਾਈਨ ਕਰਾਂ ਕਿ ਨਾ ਕਰਾਂ ਮੈਨੂੰ ਲੱਗਦਾ ਕਰ ਲੈਣੀ ਚਾਹੀਦੀ ਹੈ ਬੰਦੇ ਨੂੰ ਕਈ ਵਾਰ ਥੱਪੜ ਖਾ ਕੇ ਵੀ ਅੱਕ ਲਾ ਜਾਂਦੀ ਹੈ ਤੁਸੀਂ ਵੇਖਦੇ ਰਹੋ ਜੀ 9X ਸੈਸ਼ਨ ਟੈਸ਼ਨ 11 ਦਾ